गठजोड़ टुट गया पर फायदा कुछ नहीं होया ते की इन्हां दे इस्तीफे देना कोई फायदा होएगा। हुण तां हुंदा ड्रामा, ये तो हुंदा ड्रामा पी इमोशनल, क्योंकि तुसीं बिल्ड च कर कख नहीं रहे ना। ਤੁਹਾਨੂੰ ਲੱਗਦਾ ਹੈ ਕਿ ਅਸਲ ਮਾਇਨੇ ਦੇ ਵਿੱਚ ਸੰਘਰਸ਼ ਤੇ ਹੁਣ ਸ਼ੁਰੂ ਹੋਇਆ ਹੈ? ਕੇਂਦਰ ਸਰਕਾਰ ਨੇ ਬਿੱਲ ਬਣਾਉਣ ਤੋਂ ਪਹਿਲਾਂ ਸਾਡੇ ਨਾਲ ਗੱਲਬਾਤ ਨਹੀਂ ਕੀਤੀ, ਸਾਡੇ ਨਾਲ ਧੋਖਾ ਕੀਤਾ। ਤੁਸੀਂ ਧਿਆਨ ਨਾਲ ਦੇਖੋਗੇ ਤੇ ਤਿੰਨਾਂ ਹੀ ਕਾਨੂੰਨਾਂ ਦੇ ਵਿੱਚ ਸੋਧਾਂ ਕੀਤੀਆਂ ਨੇ ਮਾਮੂਲੀ ਜੀਆਂ, ਤੇ ਅਮੈਂਡਮੈਂਟ ਕਰਕੇ ਤਿੰਨੇ ਦੇ ਤਿੰਨੇ ਪ੍ਰਵਾਨ ਕਰ, ਮਤਲਬ ਅਫੀਸ਼ਲੀ ਪੰਜਾਬ ਦੀ ਸਰਕਾਰ ਨੇ ਸੁਰੈਂਡਰ ਕਰ ਦਿੱਤਾ ਕੱਲ੍ਹ ਇਸ ਗੱਲ ਦੇ ਉੱਤੇ ਕਿ ਕਣਕ ਝੋਨਾ ਖਰੀਦੋ ਅਤੇ ਸਾਡਾ ਖਹਿੜਾ ਛੁੱਟਿਆ, ਬਾਕੀਆਂ ਦੇ ਉੱਤੇ ਕੌਣ। ਸਾਂਝਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਹਿਮਾਨੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦਾ ਮੁੱਦਾ ਪੂਰੀ ਤਰ੍ਹਾਂ ਭਖਿਆ ਪਿਆ ਹੈ ਅਤੇ ਇਸ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਜੀ ਦੇ ਨਾਲ। ਸਵਾਗਤ ਕਰਦੇ ਹਾਂ ਸਰ ਤੁਹਾਡਾ। ਮਿਹਰਬਾਨੀ ਜੀ, ਬਹੁਤ ਧੰਨਵਾਦ। ਸਰ, ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜਿਵੇਂ ਕਿ ਮੁੱਖ ਮੰਤਰੀ ਜੀ ਵੱਲੋਂ ਮਤੇ ਪਾਸ ਕੀਤੇ ਗਏ, ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕਾਂਗਰਸ ਦੇ ਵਿੱਚ ਕਿ ਉਹਨਾਂ ਵੱਲੋਂ ਜੋ ਮਤੇ ਪਾਸ ਕੀਤੇ ਗਏ ਨੇ, ਪਰ ਜੋ ਫੈਸਲਾ ਹੈ ਉਹ ਤਾਂ ਹਲੇ ਤੱਕ ਆਉਣਾ ਬਾਕੀ ਹੈ। ਹਲੇ ਤੱਕ ਜਿਹੜਾ ਸੰਘਰਸ਼ ਹੈ ਉਸੇ ਤਰ੍ਹਾਂ ਚੱਲ ਰਿਹਾ, ਕਿਉਂਕਿ ਉਸ ਮਤਿਆਂ ਦੇ ਫੈਸਲਾ ਤਾਂ ਆਇਆ ਹੀ ਨਹੀਂ, ਹਲੇ ਤਾਂ ਰਾਜਪਾਲ ਦੀ ਦਸਤਖਤ ਹੋਣੇ ਬਾਕੀ ਨੇ। ਅਤੇ ਕੀ ਤੁਹਾਨੂੰ ਲੱਗਦਾ ਕਿ ਅਸਲ ਮਾਇਨੇ ਦੇ ਵਿੱਚ ਸੰਘਰਸ਼ ਤਾਂ ਹੁਣ ਸ਼ੁਰੂ ਹੋਇਆ ਹੈ? ਦੇਖੋ, ਗੱਲ ਇਹ ਹੈ, ਇੱਕ ਤਾਂ ਚਲੋ ਚੰਗੀ ਗੱਲ ਹੈ ਕਿ ਕਿਸਾਨੀ ਦੇ ਮਸਲੇ ਦੇ ਉੱਤੇ ਸਾਰੀ ਸਾਡੀ ਵਿਧਾਨ ਸਭਾ ਜਿਹੜੀ ਹੈ ਉਹ ਇੱਕ ਵੋਟ ਹੋਈ। ਦੂਜੀ ਗੱਲ ਇਹ ਦੇਖਣ ਵਾਲੀ ਹੈ ਕਿ ਇੱਕ ਤਾਂ ਕੇਂਦਰ ਸਰਕਾਰ ਨੇ ਕਾਨੂੰਨ ਬਣਾਏ ਜਿਹਦੇ ਤੋਂ ਕਿਸਾਨੀ ਬੇਹੱਦ ਨਿਰਾਸ਼ ਹੈ, ਕਿਸਾਨ ਜਥੇਬੰਦੀਆਂ ਬੜਾ ਵੱਡਾ ਸੰਘਰਸ਼ ਕਰ ਰਹੀਆਂ ਕਿ ਕੇਂਦਰ ਸਰਕਾਰ ਨੇ ਬਿੱਲ ਬਣਾਉਣ ਤੋਂ ਪਹਿਲਾਂ ਸਾਡੇ ਨਾਲ ਗੱਲਬਾਤ ਨਹੀਂ ਕੀਤੀ, ਸਾਡੇ ਨਾਲ ਧੋਖਾ ਕੀਤਾ। ਦੂਜਾ ਹੁਣ ਮਸਲਾ ਇਹ ਖੜ੍ਹਾ ਕਿ ਜੇ ਸਾਡੀ ਆਪਣੀ ਪੰਜਾਬ ਦੀ ਸਰਕਾਰ ਨੇ ਕਾਨੂੰਨ ਬਣਾਏ ਆ ਅਤੇ ਉਹਨਾਂ ਨੇ ਵੀ ਨਾ ਆਪੋਜੀਸ਼ਨ ਨੂੰ ਕਾਨੂੰਨ ਦਿਖਾਏ ਅਤੇ ਨਾ ਕਿਸਾਨ ਜਥੇਬੰਦੀਆਂ ਦੇ ਨਾਲ ਸਾਂਝੇ ਕੀਤੇ, ਇੱਕੋ ਦਮ ਲਿਆ ਕੇ ਅਤੇ ਜਿਹੜੇ ਆ ਉਹ ਪੇਸ਼ ਕਰ ਦਿੱਤੇ ਵਿਧਾਨ ਸਭਾ ਦੇ ਵਿੱਚ। ਕਿਸਾਨੀ ਦੇ ਜਿਹੜੇ ਹਿੱਤ ਸੀ ਉਹਨੂੰ ਮੁੱਖ ਰੱਖਦਿਆਂ ਮੈਂ ਆਪਣੀ ਪਾਰਟੀ ਦੇ ਵੀ ਬਾਕੀ MLA ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਮੌਕੇ ਦੇ ਉੱਤੇ ਉਹਨਾਂ ਨੂੰ ਸਮਝ ਆਇਆ ਉਹਦੇ ਮੁਤਾਬਕ ਸਾਰਿਆਂ ਨੇ ਸਮਰਥਨ ਕੀਤਾ ਕਿ ਕਿਸਾਨੀ ਦਾ ਭਲਾ ਹੋ ਜਾਵੇ। ਇਹ ਸਾਰਿਆਂ ਦੇ ਮਨ ਦੀ ਇੱਛਾ ਸੀ ਜਿਹਨੂੰ ਮੈਂ ਸਮਝਦਾ ਕਿ ਐਕਸਪਲਾਇਟ ਕੀਤਾ ਪੰਜਾਬ ਦੀ ਸਰਕਾਰ, ਕਿਉਂਕਿ ਹੁਣ ਅਸਲੀ ਮਸਲਾ ਖੜ੍ਹਾ ਹੋ ਗਿਆ। ਪਹਿਲੀ ਤਾਂ ਗੱਲ ਹੈ ਕਿ ਤਿੰਨ ਜਿਹੜੇ ਕੇਂਦਰ ਦੇ ਕਾਨੂੰਨ ਹੈ, ਸਾਡਾ ਤਾਂ ਇਹ ਬਣਦਾ ਸੀ ਕਿ ਅਸੀਂ ਤਿੰਨਾਂ ਦੇ ਖਿਲਾਫ਼ ਸੀ ਕਿ ਤਿੰਨਾਂ ਨੂੰ ਰੱਦ ਕਰਨਾ। ਇੱਕ ਰੈਜੂਲੇਸ਼ਨ ਪਾ ਕੇ ਮਤੇ ਰੱਦ ਨਹੀਂ ਹੁੰਦੇ, ਉਹ ਰਸਮੀ ਕਾਰਵਾਈ ਕਰ ਦਿੱਤੀ ਗਈ ਅਤੇ ਤਿੰਨਾਂ ਹੀ ਕਾਨੂੰਨਾਂ 'ਚ ਅਮਲੀ ਰੂਪ ਦੇ ਵਿੱਚ ਅਸੀਂ ਹੁਣ ਅਪਣਾ ਲਿਆ ਜਿਨ੍ਹਾਂ ਨੂੰ ਕਹਿੰਦੇ ਸੀ ਰੱਦ ਕਰਨਾ। ਹੁਣ ਅਸੀਂ ਕੋਈ ਨਵੇਂ ਕਾਨੂੰਨ ਨਹੀਂ ਬਣਾਏ, ਤੁਸੀਂ ਧਿਆਨ ਨਾਲ ਦੇਖੋਗੇ ਤੇ ਤਿੰਨਾਂ ਹੀ ਕਾਨੂੰਨਾਂ ਦੇ ਵਿੱਚ ਸੋਧਾਂ ਕੀਤੀਆਂ ਨੇ ਮਾਮੂਲੀ ਜੀਆਂ ਅਤੇ ਅਮੈਂਡਮੈਂਟ ਕਰਕੇ ਤਿੰਨੇ ਦੇ ਤਿੰਨੇ ਪ੍ਰਵਾਨ ਕਰ ਲਏ। ਹੁਣ ਪਹਿਲੀ ਤਾਂ ਗੱਲ ਹੈ ਕਿ ਏਡੀ ਕੁ ਸੋਧ ਦੇ ਨਾਲ ਜਿਹੜੇ ਵੱਡੇ ਮਸਲੇ ਖੜ੍ਹੇ ਹੋਏ ਸੀਗੇ ਉਹ ਸਾਰੇ ਹੱਲ ਹੁੰਦੇ ਕਿ ਨਹੀਂ ਹੁੰਦੇ, ਇਹ ਹੁਣ ਜਿਹੜੀ ਹੈ ਇਹਦੇ 'ਤੇ ਵਿਚਾਰ ਕਰਨੀ ਬਣਦੀ। ਦੂਜੀ ਗੱਲ ਇਹ ਹੈ ਕਿ ਸਾਡੀ ਮੰਗ ਸੀ ਕਿ ਸਾਰੀਆਂ ਫਸਲਾਂ 23 ਫਸਲਾਂ ਵਾਸਤੇ MSP ਅਨਾਊਂਸ ਹੁੰਦੀ ਹੈ ਅਤੇ ਸਾਰੀਆਂ ਦੀਆਂ ਸਾਰੀਆਂ ਫਸਲਾਂ MSP 'ਤੇ ਖਰੀਦੀਆਂ ਜਾਣ, ਕਿਉਂਕਿ ਅੱਜ ਮੱਕੀ ਬਹੁਤ ਘੱਟ ਰੇਟ 'ਤੇ ਵਿਕਦੀ ਹੈ, ਬਾਸਪਤੀ ਘੱਟ ਰੇਟ 'ਤੇ ਵਿਕਦੀ ਹੈ, ਕੋਟਨ ਘੱਟ ਰੇਟ 'ਤੇ ਵਿਕਦਾ। ਅਤੇ ਸਾਡੀ ਮੰਗ ਸੀ ਕਿ ਜੇ MSP ਐਲਾਨੀ ਜਾਂਦੀ ਹੈ ਤਾਂ MSP ਦੇ ਉੱਤੇ ਖਰੀਦ ਵੀ ਹੋਣੀ ਚਾਹੀਦੀ। ਹੁਣ ਕੱਲ੍ਹ ਅਸੀਂ ਮੰਨ ਲਿਆ ਕਿ ਕਣਕ ਝੋਨਾ ਖਰੀਦ ਲਓ ਅਤੇ ਬਾਕੀ ਗੱਲ ਖਤਮ, ਮਤਲਬ ਅਫੀਸ਼ਲੀ ਪੰਜਾਬ ਦੀ ਸਰਕਾਰ ਨੇ ਸੁਰੈਂਡਰ ਕਰ ਦਿੱਤਾ ਕੱਲ੍ਹ ਇਸ ਗੱਲ ਦੇ ਉੱਤੇ ਕਿ ਕਣਕ ਝੋਨਾ ਖਰੀਦੋ ਅਤੇ ਸਾਡਾ ਖਹਿੜਾ ਛੁੱਟਿਆ, ਬਾਕੀਆਂ ਦੇ ਉੱਤੇ ਕੌਣ ਨਹੀਂ। ਔਰ ਉਹਦੇ 'ਚ ਕੀ ਕੀਤਾ ਕਿ ਜੇ ਘੱਟ ਤਾਂ ਜਾਏਗੀ, ਵੈਸੇ ਤਾਂ ਇਹ ਕਣਕ ਝੋਨਾ ਤਾਂ ਅੱਗੇ MSP 'ਤੇ ਖਰੀਦਿਆ ਜਾਂਦਾ, ਕੇਂਦਰ ਸਰਕਾਰ ਖਰੀਦਦੀ ਹੈ, ਚਲੋ ਚੰਗਾ ਕੀਤਾ ਉਹਦੇ 'ਚ ਕਾਨੂੰਨ 'ਚ ਪਾ ਦਿੱਤਾ ਕਿ ਜੇ ਕੋਈ ਘੱਟ ਖਰੀਦੇਗਾ ਤਾਂ ਉਹਨੂੰ 3 ਸਾਲ ਦੀ ਸਜ਼ਾ, ਪਰ ਇਹ ਤਾਂ ਦੱਸਿਆ ਨਹੀਂ ਵੀ ਜੇ ਕੋਈ ਨਹੀਂ ਖਰੀਦੇਗਾ ਤਾਂ ਉਹਦੀ ਜ਼ਿੰਮੇਵਾਰੀ ਕਿਹਦੀ। ਜਿੱਦਾਂ ਹੁਣ ਜੇਕਰ ਕੇਂਦਰ ਸਰਕਾਰ ਖਰੀਦਣ ਤੋਂ ਮਨਾ ਕਰਦੇ, ਕੋਈ ਵਪਾਰੀ ਉਸ ਭਾਅ 'ਤੇ ਖਰੀਦਣ ਤੋਂ ਮਨਾ ਕਰਦੇ ਅਤੇ ਪੰਜਾਬ ਸਰਕਾਰ ਨੇ ਤਾਂ ਪਹਿਲਾਂ ਹੀ ਕਿਹਾ ਕਿ ਸਾਡੇ ਖਜ਼ਾਨੇ ਖਾਲੀ ਨੇ, ਅਸੀਂ ਤਾਂ ਖਰੀਦ ਨਹੀਂ ਸਕਦੇ, ਅਤੇ ਫਿਰ ਗੱਲ ਤਾਂ ਉੱਥੇ ਖੜੀ ਹੈ। ਇਹੀ ਮੈਂ ਕਹਿ ਰਿਹਾ ਨਾ ਕਿ ਕਾਨੂੰਨ ਤਾਂ ਅਸੀਂ ਬਣਾ ਰਹੇ ਹਾਂ ਅਤੇ ਜ਼ਿੰਮੇਵਾਰੀ ਸੀ ਲੈਣ ਦੇ। ਕੱਲ੍ਹ ਇਹ ਚਾਹੀਦਾ ਸੀ ਕਿ ਮੁੱਖ ਮੰਤਰੀ ਸਾਹਿਬ ਇੱਥੇ ਨਾਲੇ ਵੀ ਕਹਿੰਦੇ ਕਿ ਜੇ ਕੋਈ ਦਾਣਾ ਰਹਿ ਗਿਆ ਤਾਂ ਉਹਦੀ ਜ਼ਿੰਮੇਵਾਰੀ ਸਟੇਟ ਗੌਰਮੈਂਟ ਦੀ,
ਤਾਂ ਤਾਂ ਗੱਲ ਠੀਕ ਸੀ, ਲਾਗੂ ਕਿਸੇ ਨੇ ਕਰਨਾ ਅਤੇ ਬਣਾ ਜਿਹੜੇ ਉਹ ਤੁਸੀਂ ਰਹੇ ਹੋ ਅਤੇ ਜ਼ਿੰਮੇਵਾਰੀ ਜਿਹੜੀ ਹੈ ਤੁਸੀਂ ਕਿਸੇ ਤਰੀਕੇ ਦੀ ਵੀ ਨਹੀਂ ਲਾ ਰਹੇ। ਤੀਜੀ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਨੇ ਬੜਾ ਵੱਡਾ ਇਸ਼ੂ ਰੇਜ਼ ਕੀਤਾ ਸੀ ਕਿ ਇਹਨਾਂ ਤਿੰਨਾਂ ਬਿੱਲਾਂ ਦੇ ਨਾਲ ਕਾਰਪੋਰੇਟ ਘਰਾਣੇ ਆ ਜਾਣਗੇ ਪੰਜਾਬ ਦੇ ਵਿੱਚ ਅਤੇ ਸਾਡੇ ਸਾਰਾ ਕਬਜ਼ਾ ਇਹ ਹੋਜੂ। ਹੁਣ ਅਸੀਂ ਜਿਹੜੀ ਹੈ ਤਿੰਨਾਂ ਬਿੱਲਾਂ ਨੂੰ ਸਵੀਕਾਰ ਕਰਕੇ ਅਤੇ ਇਹਦਾ ਮਤਲਬ ਫਿਰ ਹੁਣ ਛੁੱਟੀ ਦੇ ਦਿੱਤੀ, ਇਹੀ ਮੰਨਿਆ ਜਾਏਗਾ ਨਾ ਕਿ ਹੁਣ ਤਾਂ ਕੋਈ ਕਾਰਪੋਰੇਟ ਘਰਾਣੇ ਦਾ ਰੌਲਾ ਰਹਿ ਨਹੀਂ ਗਿਆ। ਹੁਣ ਤਾਂ ਸਰਕਾਰ ਨੇ ਇੰਨਾ ਕੁ ਕਰ ਲਿਆ ਕਿ ਜੇ ਮੰਡੀ ਤੋਂ ਬਾਹਰ ਕੋਈ ਖਰੀਦੇਗਾ ਤਾਂ ਸਰਕਾਰ ਉੱਤੇ ਫੀਸ ਲਾ ਦੇਗੀ, ਪਰ ਖੁੱਲ੍ਹੀ ਛੁੱਟੀ ਇਹਦਾ ਮਤਲਬ ਫਿਰ ਸਰਕਾਰ ਨੂੰ ਮੰਨਣਾ ਚਾਹੀਦਾ ਨਾ ਕਿ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਹੁਣ ਖੁੱਲ੍ਹੀ ਛੁੱਟੀ ਦੇ ਦਿੱਤੀ, ਹੁਣ ਜਿਹੜਾ ਇਸ਼ੂ ਸੀਗਾ ਕਿ ਕਾਰਪੋਰੇਟ ਘਰਾਣੇ ਆਉਣਗੇ ਉਹ ਸਾਰਾ ਕੁਛ ਅਸੀਂ ਖਤਮ ਕਰ ਦਿੱਤਾ, ਇਹ ਵੀ ਇਹਨਾਂ ਬਿੱਲਾਂ ਦੇ ਨਾਲ ਜਿਹੜਾ ਫੈਸਲਾ ਹੋ ਗਿਆ। ਔਰ ਦੂਜੀ ਗੱਲ ਜਿਹੜਾ ਸੰਵਿਧਾਨਿਕ ਮਸਲਾ ਕਿ ਹੁਣ ਜਿਹੜੀ ਹੈ ਅਸੀਂ ਤਾਂ ਚਾਹੁੰਦੇ ਹਾਂ ਕਿ ਇਹ ਜੇ ਪਾਸ ਹੋਇਆ ਤਾਂ ਪ੍ਰਵਾਨ ਹੋਵੇ, ਪਰ ਕੀ ਇਹ ਜਿਹੜਾ ਹੈਗਾ ਸੰਵਿਧਾਨਿਕ ਤੌਰ ਦੇ ਉੱਤੇ ਰਾਸ਼ਟਰਪਤੀ ਜੀ ਨੂੰ ਪ੍ਰਵਾਨਗੀ ਦੇਣਗੇ? ਕਿਉਂਕਿ ਸਾਡਾ ਕਾਨੂੰਨ ਉਦੋਂ ਹੀ ਵੈਲਿਡ ਹੁੰਦਾ ਜਿਹੜਾ ਕੰਕਰੈਂਟ ਲਿਸਟ ਵਾਲਾ ਜਿਹੜਾ ਜਦੋਂ ਰਾਸ਼ਟਰਪਤੀ ਜੀ ਪ੍ਰਵਾਨਗੀ ਦੇ ਦੇਣ, ਅਤੇ ਜੇ ਕੱਲ੍ਹ ਨੂੰ ਰਾਸ਼ਟਰਪਤੀ ਜੀ ਦੀ ਪ੍ਰਵਾਨਗੀ ਨਹੀਂ ਆਉਂਦੀ ਤਾਂ ਫਿਰ ਅਸੀਂ ਕਿੱਥੇ ਖੜ੍ਹੇ? ਇਸ ਕਰਕੇ ਹਾਲੇ ਮੈਂ ਸਮਝਦਾ ਕਿ ਸਾਨੂੰ ਬੜਾ ਕੁਛ ਗੰਭੀਰਤਾ ਦੇ ਨਾਲ ਸੋਚਣਾ ਪੈਣਾ। ਸਾਡੇ ਤਾਂ ਮਨ ਦੇ ਵਿੱਚ ਕੋਈ ਗੱਲ ਸੀ ਵੀ ਕਿਸਾਨ ਦਾ ਭਲਾ ਹੋਣਾ ਚਾਹੀਦਾ, ਇਸ ਕਰਕੇ ਇਹਨਾਂ ਬਿੱਲ ਨਹੀਂ ਪੜਾਏ, ਕਿਉਂਕਿ MLA ਵਾਸਤੇ ਬਹੁਤ ਔਖਾ ਹੁੰਦਾ ਹੈ ਕਿ ਕਿਸੇ ਨੇ ਬਿੱਲ ਪੜਿਆ ਨਾ ਹੋਵੇ। ਤੁਸੀਂ ਬਿੱਲ ਰੱਖਿਆ, ਬਿੱਲ ਵੀ ਤਿੰਨ ਰੱਖੇ, ਚੌਥੀ ਰੈਜੂਲੇਸ਼ਨ ਰੱਖਿਆ, ਅਤੇ ਉੱਧਰ ਘੰਟੀ ਮਾਰ ਦਿੱਤੀ ਕਿ ਤੁਹਾਡਾ ਟਾਈਮ ਸ਼ੁਰੂ ਹੈ, ਤੁਸੀਂ ਬਿੱਲ 'ਤੇ ਕਮੈਂਟ ਦਿਓ। ਕੋਈ ਜੋਸ਼ੀ ਤਾਂ ਹੈ ਨਹੀਂ। ਹੁਣ ਵਿੱਚ ਕੀ ਲਿਖਿਆ, ਬਰੀਕੀ ਦੀਆਂ ਗੱਲਾਂ ਹੁੰਦੀਆਂ, ਡਿਸਕਸ ਹੋਣੀਆਂ ਸੀ ਮਾਹਰਾਂ ਦੇ ਨਾਲ, ਕਿਸਾਨ ਜਥੇਬੰਦੀਆਂ ਦੇ ਨਾਲ, ਬਾਕੀਆਂ ਦੇ ਨਾਲ, ਪਰ ਕਰਕੇ ਅਤੇ ਤੁਸੀਂ ਗਵਰਨਰ ਸਾਹਿਬ ਨੂੰ ਭੇਜ ਦਿੱਤਾ। ਹੁਣ ਅੱਗੋਂ ਇਹਦੇ ਨਤੀਜੇ ਕੀ ਨਿਕਲਣਗੇ ਇਹ ਹੁਣ ਸਾਰਿਆਂ 'ਤੇ ਵੇਖ। ਤੁਹਾਨੂੰ ਕੀ ਲੱਗਦਾ ਕਿ ਕਿਉਂ ਨਹੀਂ ਦਿਖਾਏ ਗਏ ਉਹਨਾਂ ਵੱਲੋਂ ਬਿੱਲ, ਜਦ ਕਿ ਆਮ ਆਦਮੀ ਪਾਰਟੀ ਵੱਲੋਂ ਵੀ, ਵਿਧਾਇਕਾਂ ਵੱਲੋਂ ਵੀ ਧਰਨਾ ਲਾਇਆ ਗਿਆ ਕਿ ਬਿੱਲ ਦਿਖਾਏ ਜਾਣ, ਪਰ ਇਹਦੇ ਪਿੱਛੇ ਕਾਰਨ ਕੀ ਸੀਗਾ, ਕਿਉਂ ਨਹੀਂ ਦਿਖਾਏ ਗਏ? ਦੇਖੋ ਗੱਲ ਇਹ ਤਾਂ ਹੁਣ ਮੁੱਖ ਮੰਤਰੀ ਸਾਹਿਬ ਦੱਸ ਸਕਦੇ। ਮੈਂ ਤਾਂ ਹੀ ਕਹਿ ਰਿਹਾ ਨਾ ਕਿ ਇਹੋ ਜਿਹੀ ਕਿਹੜੀ ਚੀਜ਼ ਸੀਗੀ, ਇਹ ਹੁਣ ਤਾਂ ਬਿੱਲ ਸਾਹਮਣੇ ਆ ਗਏ। ਜੇ ਇਹ ਚੀਜ਼ਾਂ ਦਿਖਾ ਦਿੰਦੇ ਤਾਂ ਕੁਛ ਚੀਜ਼ਾਂ ਇਹਨਾਂ ਨੂੰ ਟਾਈਮ ਸਿਰ ਪਹਿਲਾਂ ਵੀ ਦੱਸੀਆਂ ਜਾ ਸਕਦੀਆਂ ਸੀ ਵੀ ਆਹ ਚੀਜ਼ਾਂ ਤਾਂ ਸਾਨੂੰ ਘੱਟੋ ਘੱਟ ਠੀਕ ਕਰ ਲੈਣੀ ਚਾਹੀਦੀਆਂ, ਇਹਦਾ ਫਾਇਦਾ ਬਾਅਦ 'ਚ ਕੀ ਹੋਊਗਾ। ਹੁਣ ਦੋ ਜਿਨਸਾਂ ਨਾਲ ਤੁਸੀਂ ਲਿਖਿਆ, ਸਭ ਤੋਂ ਵੱਡੀ ਗੱਲ ਹੈ ਵੀ ਕਣਕ ਅਤੇ ਝੋਨੇ ਦੀ MSP ਰਹਿ ਗਈ, ਬਾਕੀ ਇਹਨਾਂ ਨੇ ਆਪ ਹੀ ਖਤਮ ਕਰ ਲਿਆ ਕੰਮ, ਖੁੱਲ੍ਹੀ ਛੁੱਟੀ ਦਿੱਤੀ, ਬਾਕੀਆਂ ਵਾਸਤੇ ਇਹਦਾ ਸਜ਼ਾ ਵੀ ਕੋਈ ਨਹੀਂ। ਹੁਣ ਕੋਈ ਜਿੰਨਾ ਮਰਜ਼ੀ ਲੱਗਣਾ ਲਾਵੇ ਮੱਕੀ ਵਾਲੇ ਨੂੰ, ਜਿੰਨਾ ਕੋਈ ਮਰਜ਼ੀ ਲੱਗਣਾ ਲਾਵੇ ਬਾਸਮਤੀ ਵਾਲਿਆਂ ਨੂੰ, ਜਿੰਨਾ ਕੋਈ ਮਰਜ਼ੀ ਲੱਗਣਾ ਲਾਵੇ ਕਾਟਨ ਵਾਲੇ ਨੂੰ, ਇਹਦੀ ਤਾਂ ਹੁਣ ਗੱਲ ਖਤਮ ਹੋ ਗਈ। ਜੋ ਕੈਪਟਨ ਸਾਹਿਬ ਨੇ ਅਸਤੀਫਾ ਦੇਣ ਦੀ ਗੱਲ ਕੀਤੀ ਸੀਗੀ ਕਿ ਮੈਂ ਤਾਂ ਅਸਤੀਫਾ ਤੱਕ ਦੇ ਦੇਵਾਂਗਾ, ਕਿ ਕੋਈ ਫਾਇਦਾ ਹੋਏਗਾ ਕਿਸਾਨਾਂ ਨੂੰ ਉਹਦੇ ਨਾਲ? ਕਿਉਂਕਿ ਜੇਕਰ ਆਪਾਂ ਗੱਲ ਕਰੀਏ, ਥੋੜ੍ਹੀ ਪਿੱਛੇ ਜਾ ਕੇ ਆਪਾਂ ਗੱਲ ਕਰੀਏ, ਤਾਂ ਹਰਸਿਮਰਤ ਕੌਰ ਬਾਦਲ ਜੀ ਨੇ ਵੀ ਅਸਤੀਫਾ ਦਿੱਤਾ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹੁੰਦੇ ਹੋਏ, ਪਰ ਫਾਇਦਾ ਤਾਂ ਉਹਦਾ ਵੀ ਨਹੀਂ ਕੋਈ ਹੋਇਆ, ਕਿਉਂਕਿ ਸੰਘਰਸ਼ ਉਸੇ ਤਰ੍ਹਾਂ ਚੱਲਦੇ ਰਹੇ, ਕੋਈ ਗੱਠਜੋੜ ਟੁੱਟ ਗਿਆ, ਪਰ ਫਾਇਦਾ ਕੁਛ ਨਹੀਂ ਹੋਇਆ। ਅਤੇ ਕੀ ਇਹਨਾਂ ਦੇ ਅਸਤੀਫੇ ਦੇਣਾ ਕੋਈ ਫਾਇਦਾ ਹੋਏਗਾ? ਮੁੱਖ ਮੰਤਰੀ ਸਾਹਿਬ ਕੋਲ ਤਾਂ ਬੜੀ ਵਧੀਆ ਮੌਕਾ ਸੀ ਕਿ ਇਹੀ ਧਮਕੀ ਉਦੋਂ ਦਿੰਦੇ ਜਦੋਂ ਹਾਈ ਪਾਵਰਡ ਕਮੇਟੀ ਦੇ ਬਤੌਰ CM ਮੈਂਬਰ ਸੀ, ਉੱਥੇ ਕਹਿੰਦੇ ਕਿ ਮੈਂ ਤਾਂ ਅਸਤੀਫਾ ਦੇ ਦੂੰਗਾ ਜੇ ਪਾਸ ਹੋਇਆ, ਅਤੇ ਇਹ ਪਾਸ ਹੀ ਨਹੀਂ ਹੁੰਦੇ ਸੀ। ਜਦੋਂ ਡਰਾਫਟ ਹੋਏ ਇਹ ਬਿੱਲ, ਉਦੋਂ ਮੁੱਖ ਮੰਤਰੀ ਸਾਹਿਬ ਉਹਨਾਂ 7 ਮੁੱਖ ਮੰਤਰੀਆਂ ਦੀ ਕਮੇਟੀ ਦੇ ਮੈਂਬਰ ਸੀ ਜਿਨ੍ਹਾਂ ਨੇ ਇਹ ਬਿੱਲ ਡਰਾਫਟ ਕੀਤੇ। ਜਦੋਂ ਸਾਡੇ ਵਿੱਤ ਮੰਤਰੀ ਸਾਹਿਬ ਬੰਬੇ ਮੀਟਿੰਗਾਂ ਅਟੈਂਡ ਕਰਦੇ ਸੀ, ਉੱਥੇ ਕਹਿੰਦੇ ਕਿ ਅਸੀਂ ਪੰਜਾਬ ਵਾਲੇ ਤਾਂ ਅਸਤੀਫੇ ਦੇ ਦਿਆਂਗੇ ਜੇ ਤੁਸੀਂ ਇਹ ਪਾਸ ਕੀਤਾ, ਤਾਂ ਬਣਦੇ ਨਹੀਂ ਸੀ। ਹੁਣ ਤਾਂ ਹੁੰਦਾ ਡਰਾਮਾ, ਇਹ ਤਾਂ ਹੁੰਦਾ ਡਰਾਮਾ ਵੀ ਇਮੋਸ਼ਨਲ, ਕਿਉਂਕਿ ਤੁਸੀਂ ਬਿੱਲ 'ਚ ਕਰ ਕੱਖ ਨਹੀਂ ਰਹੇ ਨਾ, ਅਤੇ ਉਹਦਾ ਢਿੱਡ ਭਰਿਆ ਜਾਣਾ ਨਾਲ ਜਜ਼ਬਾਤੀ ਤੌਰ 'ਤੇ ਜਦੋਂ ਬਿੱਲ ਕਮਜ਼ੋਰ ਹੋਣ। ਜੇ ਤਾਂ ਬਿੱਲ ਤਗੜੇ ਹੁੰਦੇ ਤਾਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਇੰਨਾ ਬੋਲਣ ਦੀ ਲੋੜ ਨਹੀਂ ਪੈਣੀ ਸੀ, ਫਿਰ ਹਾਊਸ ਨੇ ਬੋਲਣਾ ਸੀ, ਫਿਰ ਲੋਕਾਂ ਨੇ ਬੋਲਣਾ ਸੀ। ਹੁਣ ਬਿੱਲ ਤਾਂ ਬਹੁਤੇ ਕਮਜ਼ੋਰ ਲੱਗੇ ਅਤੇ ਉਹਦਾ ਉਨਾ ਹੀ ਜ਼ੋਰ ਵੱਧ ਲਾਉਣਾ ਪੈਂਦਾ ਵੀ ਮੈਂ ਤਾਂ ਅਸਤੀਫਾ ਵੀ ਦੇ ਦੂੰ, ਮੈਂ ਤਾਂ ਮਰਨ ਨੂੰ ਵੀ ਤਿਆਰ ਹਾਂ, ਮੈਂ ਤਾਂ ਸ਼ਹੀਦੀ ਵੀ ਪਾ ਦੂੰ। ਇਹ ਸਾਰੀਆਂ ਚੀਜ਼ਾਂ ਕਰਕੇ ਕਵਰ ਕਰਨ ਦੀ ਕੋਸ਼ਿਸ਼ ਹੁੰਦੀ ਹੈ ਜੀ, ਮਤਲਬ ਕਿ ਉਹ ਇੱਕ ਤਰੀਕੇ ਨਾਲ ਕਵਰ ਅਪ ਕਰ ਰਹੇ ਨੇ ਗੱਲਾਂ ਨੂੰ, ਜਦ ਕਿ ਇਹਦੇ ਵਿੱਚ ਸੱਚਾਈ ਨਹੀਂ ਦਿਖ ਰਹੀ। ਮੈਂ ਤਾਂ ਕਹਿੰਦਾ ਵੀ ਜੇ ਅਸਤੀਫਾ ਦੇਣਾ ਸੀ ਇਹਨਾਂ ਨੇ ਤਾਂ ਪਹਿਲੀ ਗੱਲ ਤਾਂ ਦੇਖੋ ਨਾ ਵੀ ਚਲੋ ਦਿੱਲੀ 'ਚ ਪਾਸ ਹੋਇਆ, ਹੁਣ ਲੋਕ ਕੁਛ ਦਿਨਾਂ ਬਾਅਦ ਭੁੱਲਣ ਲੱਗ ਜਾਣਗੇ। ਜਿੱਦਣ ਲੋਕ ਸਭਾ ਅਤੇ ਰਾਜ ਸਭਾ 'ਚ ਪਾਸ ਹੋਏ ਤਾਂ ਇਹਨਾਂ ਦੀ ਲੀਡਰਸ਼ਿਪ ਕਿੱਥੇ ਸੀ ਕੇਂਦਰ ਦੀ? ਜੇ ਤੁਸੀਂ ਇੱਥੇ ਅਸਤੀਫਾ ਦੇਣ ਨਾਲੋਂ ਜੇ ਕਾਂਗਰਸ ਨੂੰ ਕਹੋ ਕਿ ਸ਼ਿਵ ਸੈਨਾ ਦੀ ਮਦਦ ਵਾਪਸ ਲਓ ਜਿਹਨੇ ਬਿੱਲ ਪਾਸ ਕਰਾਏ, ਤਾਂ ਉਹਦਾ ਜ਼ਿਆਦਾ ਫਾਇਦਾ ਹੁੰਦਾ, ਤਾਂ ਜੋ ਪਤਾ ਲੱਗੇ ਵੀ ਕਿਸਾਨੀ ਦੇ ਹੱਕ ਦੇ ਵਿੱਚ ਤੁਸੀਂ ਸਟੈਂਡ ਲਿਆ। ਅਤੇ 33 ਤਾਂ ਤੁਹਾਡੇ MP ਰਾਜ ਸਭਾ 'ਚ ਗੈਰ ਹਾਜ਼ਰ ਸੀ, ਪਾਸ ਤਾਂ ਇੱਦਾਂ ਹੀ ਹੋਇਆ ਨਾ, ਜਿਹੜਾ ਹੁਣ ਇੰਨਾ ਜ਼ੋਰ ਲਾਉਣਾ ਪੈ ਰਿਹਾ। ਜੇ ਅਸੀਂ ਅਸਤੀਫਾ ਦੇ ਸਕਦੇ ਸੀ ਉਹਦੇ NDA ਦੇ ਪਾਰਟਨਰ ਹੁੰਦੇ ਹੋਏ, ਅਸੀਂ ਧਮਕੀਆਂ ਤਾਂ ਨਹੀਂ ਦਿੱਤੀਆਂ। ਸਾਨੂੰ ਪਤਾ ਸੀ ਵੀ ਇਖਲਾਕੀ ਤੌਰ ਦੇ ਉੱਤੇ ਅਸੀਂ ਅੰਦਰ ਖਾਤੇ ਉਹਨਾਂ ਨੂੰ ਪਹਿਲਾਂ ਵੀ ਕਨੇਕ ਕੀਤਾ ਸੀ ਵੀ ਜੇ ਤੁਸੀਂ ਨਹੀਂ ਗੱਲ ਮੰਨੀ ਤਾਂ ਅਸੀਂ ਨਹੀਂ ਰਹਾਂਗੇ NDA ਦੇ ਵਿੱਚ।
ਅਸੀਂ ਆਪਣਾ ਵਾਅਦਾ ਜਿਹੜਾ ਸੀ ਜੋ ਜ਼ਬਾਨ ਸੀ ਉਹ ਪੂਰੀ ਕੀਤੀ ਪਰ ਅਸੀਂ ਕੋਈ ਇਹਦਾ ਪ੍ਰਚਾਰ ਨਹੀਂ ਕੀਤਾ ਕਿ ਅਸੀਂ ਧਮਕੀਆਂ ਦੇ ਦਾਂਗੇ ਅਸੀਂ ਅਸੀਂ ਤਾਂ ਦੇ ਦਿੱਤਾ ਇੱਥੇ ਦੇਣਾ ਕਿਸੇ ਨੇ ਨਹੀਂ ਇਹ ਤਾਂ ਹੁਣ ਇਲੈਕਸ਼ਨ ਦਾ ਸਾਲ ਆ ਗਿਆ ਅਤੇ ਗੱਲਾਂ ਦੇ ਜਵਾਬ ਦੇਣੇ ਪੈਣੇ ਇਸ ਕਰਕੇ ਅਸਤੀਫੇ ਦੇ ਜਜ਼ਬਾਤੀ ਇਸ਼ੂ ਹੁੰਦੇ ਆ ਜ਼ਿਕਰ ਮੈਂ ਕਰਨਾ ਚਾਹੂੰਗੀ ਇੱਥੇ ਕਿ ਜੋ ਹਰਸਿਮਰਤ ਕੌਰ ਬਾਦਲ ਜੀ ਨੇ ਵੀ ਅਸਤੀਫਾ ਦਿੱਤਾ ਜਿਹਦੇ 'ਤੇ ਕਿਸਾਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਪਹਿਲਾਂ ਕਿਉਂ ਨਹੀਂ ਕਦਮ ਚੁੱਕਿਆ ਗਿਆ ਜਦੋਂ ਧਰਨੇ ਸ਼ੁਰੂ ਹੋ ਗਏ ਕਿਸਾਨਾਂ ਨੇ ਬੋਲਣਾ ਸ਼ੁਰੂ ਕਰਤਾ ਅਕਾਲੀ ਦਲ ਦੇ ਵਿਰੁੱਧ ਉਦੋਂ ਕਿਉਂ ਇਹ ਕਦਮ ਚੁੱਕਿਆ ਗਿਆ ਪਹਿਲਾਂ ਕਿਉਂ ਨਹੀਂ ਦੇਖੋ ਅਸੀਂ ਜਦੋਂ ਕੈਬਨਿਟ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਬੈਠੇ ਸੀ ਪਹਿਲੇ ਦਿਨ ਹੀ ਜੇ ਕਿਸੇ ਨੇ ਵਿਰੋਧ ਕੀਤਾ ਸੀ ਮੰਤਰੀ ਨੇ ਤਾਂ ਇੱਕੋ ਇੱਕ ਸੀਗੇ ਉਹ ਬੀਬਾ ਹਰਸਿਮਰਤ ਕੌਰ ਬਾਦਲ ਉਹਦੇ ਕਰਕੇ ਹੀ ਜਿਹੜੇ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਜੀ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਵੀ MSP ਖਤਮ ਨਹੀਂ ਹੋ ਗਈ ਉਦੋਂ ਬਾਅਦ ਵੀ ਸਾਡਾ ਪ੍ਰੋਟੈਸਟ ਜਾਰੀ ਕਰਦਾ ਰਿਹਾ ਤਾਂ ਹੀ ਉਹਨਾਂ ਨੇ ਚਿੱਠੀ ਵੀ ਲਿਖ ਕੇ ਦਿੱਤੀ ਸੀ ਇੱਕ ਰਿਟਨ 'ਚ ਅਸੀਂ ਕਿਸਾਨ ਜਥੇਬੰਦੀਆਂ ਨਾਲ ਸਾਂਝੀ ਕੀਤੀ ਸੀ ਕਿ ਜੇ ਇਹਦੇ ਨਾਲ ਤੁਹਾਡਾ ਸਰਦਾ ਤਾਂ ਤੁਸੀਂ ਦੇਖੋ ਉਹਨਾਂ ਨੇ ਕਿਹਾ ਨਹੀਂ ਸਰਦਾ ਫਿਰ ਅਸੀਂ ਕੇਂਦਰ ਨੂੰ ਕਿਹਾ ਕਿ ਇਹ ਬਿੱਲ ਨਾ ਪੇਸ਼ ਕਰੋ ਪਾਰਲੀਮੈਂਟ 'ਚ ਜਦੋਂ ਪਾਰਲੀਮੈਂਟ ਦੇ ਬਿੱਲ 'ਚ ਉਹਨਾਂ ਪੇਸ਼ ਕਰ ਦਿੱਤੇ ਫਿਰ ਸਾਡਾ ਅਸਤੀਫਾ ਦੇਣਾ ਬਣਦਾ ਸੀ ਫਿਰ ਅਸੀਂ ਦਿੱਤਾ ਇਸ ਕਰਕੇ ਅਸੀਂ ਆਪਣੀ ਜੈਨੂਨ ਲੜਾਈ ਹਰ ਇਸ਼ੂ ਦੇ ਉੱਤੇ ਹਰ ਥਾਂ ਦੇ ਉੱਤੇ ਹਰ ਪਲੇਟਫਾਰਮ ਦੇ ਉੱਤੇ ਉਹ ਲੜੀ ਜੇਕਰ ਗੱਲ ਕੀਤੀ ਜਾਵੇ ਗੱਠਜੋੜ ਦੀ ਗੱਲ ਕੀਤੀ ਜਾਵੇ ਇੱਕ ਸਿੱਕੇ ਦੇ ਦੋ ਪਹਿਲੂ ਮੰਨਿਆ ਜਾਂਦਾ ਰਿਹਾ ਵਾ ਅਤੇ ਫਿਰ ਇੱਦਾਂ ਵੀ ਕੀ ਹੋਇਆ ਕਿ ਉਸ ਅਸਤੀਫੇ 'ਤੇ ਵਿਚਾਰ ਵੀ ਨਹੀਂ ਕੀਤਾ ਗਿਆ ਕਿ ਹਾਂ ਮਨਜ਼ੂਰ ਕਰ ਲਿਆ ਗਿਆ ਉਹਨਾਂ ਦੇ ਅਸਤੀਫੇ ਨੂੰ ਜਦਕਿ ਗੱਠਜੋੜ ਇੰਨਾ ਲੰਮਾ ਚਿਰ ਤੋਂ ਚੱਲਿਆ ਆ ਰਿਹਾ ਸੀ ਇਹਦੇ ਟੁੱਟਣ ਦੀ ਇੱਕ ਵਜ੍ਹਾ ਮੰਨੀ ਜਾਂਦੀ ਹੈ ਉਹ ਅਤੇ ਇੱਦਾਂ ਕਿਉਂ ਹੋਇਆ ਕਿ ਗੱਠਜੋੜ ਜਿਹੜਾ ਇੰਨੀ ਜਲਦੀ ਟੁੱਟ ਗਿਆ ਕਿਉਂਕਿ ਜਿਸ ਤਰੀਕੇ ਅੰਦਰ ਗੰਭੀਰਤਾ ਨਾਲ ਗੱਲਾਂ ਹੋਈਆਂ ਸੀ ਉਹਨਾਂ ਨੂੰ ਪਤਾ ਸੀ ਇਹਨਾਂ ਨੇ ਵਾਪਸ ਨਹੀਂ ਲੈਣਾ ਕਿਉਂਕਿ ਬੜੀ ਗੰਭੀਰਤਾ ਦੇ ਨਾਲ ਅਸੀਂ ਅੰਦਰ ਗੱਲਾਂ ਕੀਤੀਆਂ ਸੀ ਕੋਈ ਇੱਦਾਂ ਲਿਪਾ ਪੁੱਚੀ ਕੀਤੀ ਹੁੰਦੀ ਤਾਂ ਫਿਰ ਉਹ ਕਹਿੰਦੇ ਵੀ ਚੱਲ ਜੇ ਇਹਨਾਂ ਨੇ ਦਿੱਤਾ ਤਾਂ ਵਾਪਸ ਕਰ ਦਿਓ ਉਹਨਾਂ ਨੂੰ ਪਤਾ ਸੀ ਵੀ ਗੰਭੀਰਤਾ ਨਾਲ ਅਗਲੇ ਕਹਿ ਕੇ ਗਏ ਆ ਅਤੇ ਇਹਨਾਂ ਨੇ ਨਹੀਂ ਪਛੇੜਨਾ ਅਤੇ ਜੇਕਰ ਗੱਲ ਕਰੀ ਜਾਵੇ ਸਿਆਸਤਦਾਨਾਂ ਦੀ ਜੇਕਰ ਗੱਲ ਕਰਾਂ ਮੈਂ ਇੱਥੇ ਕਿ ਹਰ ਇੱਕ ਸਿਆਸਤਦਾਨ ਆਪਣੀ ਪਾਰਟੀ ਦੇ ਝੰਡੇ ਹੇਠ ਜੋ ਹੈ ਇਹਨਾਂ ਧਰਨਿਆਂ ਦੇ ਵਿੱਚ ਸ਼ਾਮਿਲ ਹੋ ਰਿਹਾ ਗੱਲ ਚੱਲ ਰਹੀ ਹੈ ਕਿਸਾਨਾਂ ਦੇ ਹਿੱਤਾਂ ਦੀ ਪਰ ਜਿਹੜੇ ਸਿਆਸਤਦਾਨ ਨੇ ਉਹ ਝੰਡੇ ਆਪਣੇ ਆਪਣੀ ਪਾਰਟੀਆਂ ਦੇ ਝੰਡੇ ਨੂੰ ਪ੍ਰਮੋਟ ਕਰ ਰਹੇ ਨੇ ਨਾ ਕਿ ਕਿਸਾਨਾਂ ਦੇ ਝੰਡੇ ਨੂੰ ਦੇਖੋ ਗੱਲ ਇਹ ਹੈ ਕਿ ਸਾਡੀਆਂ ਪਾਰਟੀਆਂ ਤਾਂ ਬਹੁਤ ਪੁਰਾਣੀਆਂ ਨੇ 100-100 ਸਾਲ ਪੁਰਾਣੀਆਂ ਪਾਰਟੀਆਂ ਔਰ ਸਾਡੀ ਆਪਣੀ ਪਾਰਟੀ ਜਿਹੜੀ ਹੈ ਸਭ ਤੋਂ ਵੱਧ ਖੇਤੀ ਦੇ ਨਾਲ ਜੁੜੀ ਹੋਈ ਹੈ ਸਾਡੇ ਤਾਂ ਆਪਣੇ 90% ਦੇ ਆਸ ਪਾਸ ਲੋਕ ਕਿਸਾਨੀ ਕਰਦੇ ਇਸ ਕਰਕੇ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਜੋ ਸਾਡੀ ਬਣਦੀ ਹੈ ਲੋਕਾਂ ਨੇ ਸਾਡੇ ਨੁਮਾਇੰਦੇ ਵੀ ਚੁਣੇ ਆ ਪਾਰਲੀਮੈਂਟ ਵਿੱਚ ਵੀ ਵਿਧਾਨ ਸਭਾ ਦੇ ਵਿੱਚ ਵੀ 100 ਸਾਲ ਹੋ ਗਏ ਸਾਨੂੰ ਇਲੈਕਸ਼ਨਾਂ ਲੜਦਿਆਂ ਨੂੰ ਇਸ ਕਰਕੇ ਅਸੀਂ ਸਾਡੀ ਆਪਣੀ ਜ਼ਿੰਮੇਵਾਰੀ ਹੈ ਕਿਸਾਨ ਜਥੇਬੰਦੀਆਂ ਨੂੰ ਪੂਰਾ ਹੱਕ ਹੈ ਉਹ ਆਪਣਾ ਕਰਨ ਪਰ ਝੰਡਾ ਤਾਂ ਹਮੇਸ਼ਾ ਪਾਰਟੀ ਆਪਣਾ ਸਾਡਾ ਸਟੈਬਲਿਸ਼ਡ ਹੈ 100 ਸਾਲ ਤੋਂ ਸੰਘਰਸ਼ ਹੈ ਸਾਡਾ ਅਸੀਂ 100 ਸਾਲ ਦਾ ਤਜਰਬਾ ਨਾਲ ਲੈ ਕੇ ਚੱਲਦੇ ਮੈਂ ਇੱਥੇ ਇਹ ਗੱਲ ਕਹਿਣਾ ਚਾਹ ਰਹੀ ਕਿ ਗੱਲ ਤਾਂ ਇੱਥੇ ਕਿਸਾਨਾਂ ਦੀ ਹੋ ਰਹੀ ਹੈ ਨਾ ਮਤਲਬ ਗੱਲ ਤਾਂ ਕਿਸਾਨਾਂ ਦੇ ਸੰਘਰਸ਼ ਦੀ ਹੋ ਰਹੀ ਹੈ ਜੇਕਰ ਮੈਂ ਗੱਲ ਕਰਾਂ ਮੁੱਲੋਵਾਲ ਦੇ ਵਿੱਚ ਵੀ ਟਰੈਕਟਰ ਰੈਲੀ ਕੱਢੀ ਗਈ ਸੀਗੀ ਕਾਂਗਰਸੀਆਂ ਵੱਲੋਂ ਵੀ ਔਰ ਅਕਾਲੀਆਂ ਵੱਲੋਂ ਵੀ ਦੋਵਾਂ ਦੇ ਵਿੱਚ ਇਕੱਠ ਬਰਾਬਰ ਸੀਗਾ ਔਰ ਗੱਲ ਇਹ ਕਿ ਦੋਵਾਂ ਦੇ ਵਿੱਚ ਆਪਣੀ ਆਪਣੀ ਪਾਰਟੀ ਦੇ ਝੰਡੇ ਲਾਏ ਗਏ ਸੀ ਪਰ ਜਦਕਿ ਕੱਢੀ ਤਾਂ ਜਾ ਰਹੀ ਸੀ ਕਿਸਾਨਾਂ ਦੇ ਹਿੱਤਾਂ ਦੇ ਵਾਸਤੇ ਅਤੇ ਫਿਰ ਲੱਗਦਾ ਨਹੀਂ ਕਿ ਕਿਸਾਨਾਂ ਦੇ ਝੰਡੇ ਹੇਠ ਇਕੱਠੇ ਹੋਣਾ ਚਾਹੀਦਾ ਸੀ ਨਾ ਕਿ ਪਾਰਟੀਆਂ ਦੇ ਝੰਡੇ ਹੇਠ ਐਸ ਸੱਚ ਕੋਈ ਵੱਖਰਾ ਝੰਡਾ ਨਹੀਂ ਹੈਗਾ ਉਹ ਵੀ 31 ਜਥੇਬੰਦੀਆਂ ਦਾ ਆਪੋ ਆਪਣਾ ਝੰਡਾ ਕਿਸੇ ਨੇ ਵਿੱਚ ਪੀਲਾ ਕੀਤਾ ਹੋਇਆ ਕਿਸੇ ਨੇ ਆਪਣਾ ਨਾਂ ਲਿਖਿਆ ਹੋਇਆ ਕਿਸੇ ਨੇ ਕੁਛ ਕੀਤਾ ਹੋਇਆ ਇਸ ਕਰਕੇ ਉਹ ਵੀ ਜਥੇਬੰਦੀਆਂ ਦੇ ਝੰਡੇ ਇਸੇ ਤਰ੍ਹਾਂ ਪਾਰਟੀਆਂ ਦੇ ਆਪੋ ਆਪਣੇ ਝੰਡੇ ਝੰਡੇ ਦਾ ਤਾਂ ਕੋਈ ਇਤਰਾਜ਼ ਨਹੀਂ ਗੱਲ ਤਾਂ ਸੋਚ ਮਿਲਣੀ ਚਾਹੀਦੀ ਝੰਡਾ ਤਾਂ ਇਹ ਹੈ ਕਿ ਜਿੰਨੇ ਝੰਡੇ ਤੁਹਾਡੀ ਪਾਰਟੀ ਦੇ ਨੇ ਉਹਨਾਂ ਇੱਕ ਸ਼ਕਤੀ ਮਿਲਦੀ ਹੈ ਕਿ ਇਸ ਪਾਰਟੀ ਦੇ ਬੰਦੇ ਵੀ ਸਾਨੂੰ ਇੰਨਾ ਸਮਰਥਨ ਦੇ ਰਹੇ ਇਸ ਕਰਕੇ ਇਹ ਤਾਂ ਉਸ ਚੀਜ਼ ਦੀ ਗਿਣਤੀ ਜ਼ਰੂਰ ਹੁੰਦੀ ਕਿ ਇਹ ਜਿਹੜੇ ਅਦਰਵਾਈਜ਼ ਕੋਈ ਹੈ ਸੱਚ ਵੱਖਰਾ ਕਿਸਾਨੀ ਦਾ ਝੰਡਾ ਨਹੀਂ ਹੈ ਬਾਕੀ ਤਾਂ ਦੇਸ਼ ਦਾ ਝੰਡਾ ਹੈ ਤਿਰੰਗਾ ਉਹ ਸਾਰਿਆਂ ਨੂੰ ਹੀ ਰਿਪ੍ਰਜੈਂਟ ਕਰਦਾ ਲੇਕਿਨ ਉਹ ਨਿਊਟਰ ਮੰਨਿਆ ਜਾਂਦਾ ਐਜੀਟੇਸ਼ਨਾਂ ਦੇ ਵਿੱਚ ਜਥੇਬੰਦੀਆਂ ਆਪੋ ਆਪਣੇ ਝੰਡੇ ਲੈ ਕੇ ਚੱਲਦੀਆਂ ਹੁੰਦੀਆਂ ਇਸ ਕਰਕੇ ਹੁਣ ਵੀ ਚੱਲਦੀਆਂ ਔਰ ਇੱਥੇ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਜਦੋਂ ਤੁਸੀਂ ਇੱਕ ਸੋਚ ਵਾਸਤੇ ਤੁਸੀਂ ਝੰਡੇ ਲੈ ਕੇ ਚੱਲਦੇ ਹੋ ਤਾਂ ਲੱਗਦਾ ਕਿ ਸਾਰਾ ਗੁਲਦਸਤਾ ਇਕੱਠਾ ਹੋ ਰਿਹਾ ਇਹਨੂੰ ਉਸ ਫਾਰਮ 'ਚ ਲੈਣਾ ਚਾਹੀਦਾ ਇਹ ਡਿਫਰੈਂਸ ਨਹੀਂ ਹੁੰਦਾ ਇੱਕ ਗੁਲਦਸਤਾ ਹੁੰਦਾ ਕਿ ਅਸੀਂ ਵੀ ਇਲੈਕਸ਼ਨ ਦੇ ਵਿੱਚ ਜਦੋਂ ਅਲਾਇੰਸ ਹੁੰਦੇ ਆ ਅਤੇ ਜਿੰਨੀਆਂ ਪਾਰਟੀਆਂ ਦਾ ਅਲਾਇੰਸ ਹੁੰਦਾ ਉਹਦਾ ਸਾਰਿਆਂ ਦਾ ਝੰਡਾ ਲਾਉਂਦੇ ਹਾਂ ਇਹ ਨਹੀਂ ਕਿ ਝੰਡਾ ਨਵਾਂ ਬਣਾਉਂਦੇ ਹਾਂ ਪਰ ਉਹ 'ਚ ਹੁੰਦੀ ਹੈ ਕਿ ਸਾਨੂੰ ਸ਼ਕਤੀ ਮਿਲਦੀ ਹੈ ਕਿ ਇੱਥੇ ਅਕਾਲੀ ਵੀ ਆ ਇੱਕ BJP ਵੀ ਆ ਜਦੋਂ ਨਾਲ ਹੁੰਦੀ ਸੀ ਕਿਸੇ ਵੇਲੇ BSP ਸੀ ਅਸੀਂ BSP ਦਾ ਵੀ ਨਾਲ ਝੰਡਾ ਲਾਉਂਦੇ ਸੀ ਕਿਸੇ ਵੇਲੇ CPI ਦਾ ਨਾਲ ਵੀ ਅਲਾਇੰਸ ਰਿਹਾ ਅਸੀਂ ਉਹਨਾਂ ਦਾ ਵੀ ਨਾਲ ਝੰਡਾ ਲਾਉਂਦੇ ਹੁੰਦੇ ਸੀ ਆਪਣੇ ਦਫ਼ਤਰ 'ਤੇ ਉਹ ਇੱਕ ਮੈਸੇਜ ਦਿੰਦਾ ਕਿ ਇਹਨਾਂ ਦਾ ਸਾਨੂੰ ਜਿਹੜਾ ਹੈਗਾ ਹੁਣ ਦੁਨੀਆ ਦੇ ਦੇਸ਼ਾਂ ਦੇ ਲੋਕ ਇਕੱਠੇ ਹੁੰਦੇ ਆ ਰਾਸ਼ਟਰਪਤੀ ਇਕੱਠੇ ਹੁੰਦੇ ਬਾਕੀ ਇਕੱਠੇ ਹੁੰਦੇ ਅਤੇ ਉਹ ਸਾਰਿਆਂ ਦੇਸ਼ਾਂ ਦੇ ਝੰਡੇ ਲੱਗਦੇ ਉੱਥੇ ਕੋਈ ਨਵਾਂ ਝੰਡਾ ਤਾਂ ਨਹੀਂ ਬਣਦਾ ਕਿ ਇੱਕ ਝੰਡੇ ਇਕੱਠੇ ਹੋ ਅਤੇ ਕਿਤੇ ਨਾ ਕਿਤੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਜੋ ਸਿਆਸਤਦਾਨ ਨੇ ਪਾਰਟੀਆਂ ਨੇ ਉਹ ਵੋਟ ਬੈਂਕ ਇਕੱਠਾ ਕਰ ਰਹੀਆਂ ਨੇ 2022 ਦੀਆਂ ਆਉਣ ਵਾਲੀਆਂ ਚੋਣਾਂ ਵਾਸਤੇ ਆਪਣੇ ਆਪ ਨੂੰ ਚੰਗਾ ਦਿਖਾ ਕੇ ਆਪਣੇ ਆਪ ਨੂੰ ਕਿਸਾਨ ਹਿੱਤੀ ਦਿਖਾ ਕੇ ਆਪਣੇ ਆਪ ਨੂੰ ਕਿਸਾਨਾਂ ਦੇ ਹਿੱਤ ਵਿੱਚ ਰੱਖ ਕੇ ਵੋਟ ਬੈਂਕ ਇਕੱਠਾ ਕਰ ਰਹੀਆਂ ਨੇ ਤਾਂ ਕਿ 2022 ਦੀਆਂ ਚੋਣਾਂ ਵਿੱਚ ਵੋਟਾਂ ਹਾਸਲ ਕੀਤੀਆਂ ਜਾ ਸਕਣ।
इस करके जो मर्जी जी मर्जी मुहिम जी मर्जी इलैक्शन में जोड़ लो, क्योंकि पार्लीमेंट की इलैक्शन खत्म होएगी, विधानसभा की शुरू हो जाएगी, वो खत्म हो जाएगी, म्यूनसिपल कमेटियां की शुरू हो जाएगी, वो खत्म होएगी, कारपोरेशन की शुरू हो जाएगी, वो खत्म होएगी, ब्लाक समिति जिला परिषद की शुरू हो जाएगी। इस करके जी मर्जी मूवमेंट में जी मर्जी जी इलैक्शन जोड़ दो, बड़ा सौखा होंगे। पर यह नहीं होंगे, हमेशा ही जोड़ा इशू होंगे, इशू के उत्ते पार्टियां लड़दियाँ और लोगों के हितों वास्ते लड़दियाँ, और क्रैडिट होंगे कि जे पार्टी का लोगों को लगे कि कारगुजारी चंगी है तो पार्टी का नैचुरली जिते पार्टी की गुडविल बनती है उत्थे वोटां भी वधदियां। जे किसी गल के उत्ते पार्टी की निराशाजनक कारवाई होवे उत्थे उन्हें नुकसान भी होंगे, उहदियां वोटां भी घटदियां। इस करके ये नहीं होंगे कि हर काम रोज़ गिन गिन के होंगे, एक कॉन्टीन्यूअस प्रोसैस होंगे, क्योंकि पार्टियां अपनी मजबूती वास्ते काम करदियां, जो चंगे काम करदियां तो मजबूत हो जांदियां, माड़े काम करदियां पिछे हट जांदियां। पहला अकाली दल वालों जो है कि इन्हों बिलों किसान के भले वास्ते दसिया गया सी, और बाद विच जो है उन्होंने इन्हों का विरोध करना शुरू कर दिता। असं कह सकते हैं कि अकाली दल केंद्र सरकार के दा पेच समझन दे विच थोड़े देर लगी। नहीं, दा पेच नहीं, साड़ी स्थिति अलग सी। उस वेले असी कैबिनेट का हिस्सा सी, उस कैबिनेट के अंदर एक मर्यादा होंगी है, जी कैबिनेट की गल है वो सीक्रेट होंगी, कैबिनेट से रही, जो कैबिनेट के अंदर विरोध करने की लोड़ सी कैबिनेट के अंदर विरोध किया। उन्होंने जो सानू एक्सप्लेन किया कि यह कुछ चीज़ा है ने, जो पार्लीमेंट के पेश होएगा उदो ठीक कर दी जाएगी। जी उन्होंने भावना से असी मडिएटर का रोल प्ले किया, किसानों ला के सी कि एम एस पी बंद नहीं हो रही, क्योंकि पहले तो जिस दिन बिल पेश हो कि एम एस पी नाल दी नाल बंद हो जाए, फिर जो असी कहा भी एम एस पी उन्होंने प्रेस कॉन्फ्रेंस की कि नहीं बंद हो रही, फिर होया कि अज नहीं होनी दो चार साल बाद हो जाएगी, असी वो भी भावना उन्होंने कन्वे की, फिर उन्होंने तो लिखती इंश्योरेंस भी ली वो किसान जथेबंदियों सांझी की। जदों उन्होंने कहा कि सानू ये भी परवाह नहीं है, असी वापस गवर्नमेंट ऑफ इंडिया की, असी उदों मडिएटर का रोल प्ले करते सी, और मडिएटर के रोल के ऑनेस्टली जो वो कहिंदे सी असी किसानों नू कन्वे करते रहे, जो किसान कहिंदे सी असी ऑनेस्टली उन्होंने कन्वे, लेकिन बदकिस्मती है कि उन्होंने साडी गल नू वजन नहीं दिता, जिस गल का सानू है कि असी एडे पुराने अलायंस पार्टनर सी। अज हुण बीजेपी नू लग रहा है कि किसान अंदोलन एक चैलेंज है, अज 10-10 मंत्री आके प्रेस कॉन्फ्रेंसा कर रहे हैं, अज प्रधानमंत्री जी रोज़ प्रेस कॉन्फ्रेंस करते हैं, अज प्रधानमंत्री मन की बात भी गल करते हैं, उदों इन्हां नूं लगता सी कि नहीं एवें अकाली दल रौला पाई जा रहा है, कुछ भी नहीं है, बिल पास हो जाने तो सब कुछ ठीक हो जाने। हुण अज उन्हां नूं जरूर महसूस हुंदा होगा कि जो अकाली दल आके वार वार कहिंदा सी, तो जो उन्होंने अस्तीफा भी दिता तो वो सच्चे सी, वह किसानी नूं बैटर समझदे सी, तो वह किसानां दे नेड़े सी, वह किसानां दे दिल की गल कर रहे सी, अज उन्हां नूं समझ लग रही है इस गल की। जो पहला अकाली दल वालों कोई फैसला नहीं किया गया सीगा, किसानों के मन च बड़ा रोस सीगा अकाली दल नूं लैके, बाद विच भावें हरसिमरत कौर बादल जी वालों अस्तीफा दे दिता गया, किसानों के हक में साथ दिता गया, पर तुहानूं लगता है कि उस चीज़ का असर 2022 दीआं चोणां विच पै सकदा है? देखो गल यह है कि हुण तक जे किसी ने सही स्टैंड लिया और इस जिहड़ा एजिटेशन है इहनूं देश दे विच जिहड़े सारे दे विच इहनूं प्रमुखता मिली है, तो वो जितने अकाली दल ने पार्लीमेंट के स्टैंड लिया तो अस्तीफा दिता उस दिन सारा देश गंभीर होया। पहला तो किसी लगता सी नहीं, दो चार दिन एजिटेशन होंदे रहिंदे आ, लेकिन जिदन एक कैबिनेट मंत्री ने वजारत तो अस्तीफा दिता किसानी वास्ते तो उदन सारे देश दीआं पार्टियां गंभीर होईआं। तुसीं इह देखो कि लोग सभा विच उन्ना रौला नहीं सी पिया जिन्ना राज्य सभा च पिया सी, उहदा असर सी बीबा हरसिमरत कौर बादल दा अस्तीफा, कि उदन पार्टियां नूं लग्गिआ कि सानूं भी पहरा देना चाहीदा, कि उन्हां तां लाई छड्ड गए कि इशू छोटा नहीं है, इशू वड्डा। इस करके सही मायनों के सही जी है इस अंदोलन में जो कोई रूपरेखा तो पहुँचाया देश के दे श्रोमणी अकाली दल, और अच उस तो बाद भी जो असी तिना तख्तों तो मार्च किए हैं जिस वीडी गिनती जो लोगों की शमूलीयत हुई है उन्हें देश के एक मैसेज दिता कि किसानी के नाल लोग खड़े है। इस करके जो साडा रोल हुंदा सी ऑनेस्टली करते हैं, हमेशा ही सही करते हैं, लेकिन पुरानी पार्टी है सोच के संजम नाल सहज नाल अपना प्रोग्राम दिंदी है, उस रस्ते असी अगे भी किसानी वास्ते चलते रहेंगे। तुहानूं लगता है कि सियासतदान अपना फायदा देख रहे हैं, ना कि किसानों के हितों में खड़े हो कि उन्होंने साथ देने, तो क्योंकि फ्रीडम फाइटर हुण दा दावा करते हैं पर उन्होंने उन्हों का अपना फायदा ज़्यादा होंदा है ना कि किसानों का। सियासतदान बड़ी वड्डी टर्म है ना, सारिया पार्टियां के लोग आ गए, सारे तुसीं इक्को कैटेगरी दे भी नहीं क्लब कर सकते, हर पार्टी चंगे बंदे भी हैगे, हर पार्टी माड़े बंदे भी हैगे। इस करके इन्हों सारे कैटेगरीज करके क्लब करना तो बैटर नहीं होगा, बड़े अच्छे सोच वाले बंदे सारिया पार्टियां च बैठे, ये नहीं है कि कोई पार्टी भी यहोजी नहीं होनी, जिले च चंगे बंदे नहीं बैठे, लेकिन बहुत स्वार्थी बंदे भी पार्टियां दे विच आके बड़े मौके के हिसाब के नाल सिस्टम के हिसाब के नाल। इस करके पार्टियां के अंदर भी चंगे माड़े की लड़ाई चलती रहती है,
इस करके समय दे विच जिहड़ी हैगी आ सारिआं दा जिहड़े चंगे लोग ने कितें भी बैठे ने वो अपना रोल प्ले करदे पर एक इशू इहो जिहा कि इत्थे मैं समझदा सारिआं पार्टियां ज़्यादा गंभीर आ क्योंकि किसानी जिहड़ी आ देश दा अन्नदाता दे नाल खड़ना हर कोई अपना फर्ज समझदा ਤੁਹਾਨੂੰ ਕੀ ਲੱਗਦਾ ਹੈ ਕਿ ਇਸ ਇਹਨਾਂ ਸੰਘਰਸ਼ਾਂ ਦਾ ਸਿੱਟਾ ਕੀ ਨਿਕਲੇਗਾ? ਦੇਖੋ ਸੰਘਰਸ਼ ਕੋਈ ਵੀ ਹੋਵੇ ਜਿਹੜੀ ਇਮਾਨਦਾਰੀ ਨਾਲ ਮਿਹਨਤ ਕੀਤੀ ਹੁੰਦੀ ਹੈ ਜਨਤਾ ਦੀ ਜਿਹੜੀ ਸੰਘਰਸ਼ ਹੈ ਜਨਤਾ ਦੀ ਤਾਕਤ ਹੈ ਉਹਦੇ ਵਿੱਚ ਬੜੀ ਵੱਡੀ ਸ਼ਕਤੀ ਹੁੰਦੀ ਹੈ। ਇਸ ਕਰਕੇ ਹੁਣ ਵੀ ਦੇਖੋ ਆਫਟਰ ਵਾਲੇ ਇਸ ਅੰਦੋਲਨ ਨੇ ਕਾਫੀ ਕੁਛ ਤਬਦੀਲੀ ਤਾਂ ਜਾਂਦੀ ਹੈ, ਹਕੂਮਤਾਂ ਦੀ ਸੋਚ ਦੇ ਵਿੱਚ ਤਬਦੀਲੀ ਆਉਂਦੀ ਹੈ, ਸਰਕਾਰਾਂ ਦੀ ਸੋਚ ਦੇ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਕਿਸੇ ਮੁੱਦੇ 'ਤੇ ਪੰਜਾਬ ਦੇ ਵਿੱਚ ਪਾਰਟੀਆਂ ਇਕੱਠੀਆਂ ਨਹੀਂ ਹੁੰਦੀਆਂ ਅਤੇ ਕੱਲ੍ਹ ਵੀ ਕਿਸੇ ਮੁੱਦੇ ਦੇ ਉੱਤੇ ਪਾਰਟੀਆਂ ਇੱਕਜੁੱਟ ਹੋਈਆਂ ਭਾਵੇਂ ਪਤਾ ਕਿਸੇ ਨੂੰ ਨਹੀਂ ਸੀ ਵੀ ਬਿੱਲ ਕੀ ਹੈ, ਪਰ ਫਿਰ ਵੀ ਇੱਕ ਜਿਹੜੀ ਹੈਗੀ ਹੈ ਕਿਸਾਨੀ ਪ੍ਰਤੀ ਹਮਦਰਦੀ ਤਾਂ ਮੈਂ ਕਹਿ ਸਕਦਾ ਕਿ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਪੰਜਾਬ ਦੀ ਕਿ ਪੰਜਾਬ ਦਾ ਕੋਈ ਵੀ ਪਾਰਟੀ ਸੀ ਹਰ ਇੱਕ ਨੇ ਸਮਝਿਆ ਕਿ ਨਹੀਂ ਕਿਸਾਨ ਦੇ ਨਾਲ ਖੜਨਾ ਬਣਦਾ। ਇਸ ਕਰਕੇ ਉਸੇ ਕਰਕੇ ਕੱਲ੍ਹ ਸਾਰੇ ਖੜ੍ਹੇ, ਆਪੋ ਆਪਣੀ ਡਿਊਟੀ ਕੱਲ੍ਹ ਨਿਭਾਈਏ ਸਾਰਿਆਂ ਨੂੰ। ਜੇਕਰ ਅਸੀਂ ਗੱਲ ਕਰੀਏ ਕਿ ਜੇ ਕੈਪਟਨ ਸਾਹਿਬ ਸਾਰੀਆਂ ਪਾਰਟੀਆਂ ਨੂੰ ਕਹਿਣ ਕਿ ਆਪਾਂ ਇੱਕਜੁੱਟ ਹੋ ਕੇ ਕਿਸਾਨਾਂ ਦੇ ਲਈ ਲੜਦੇ ਹਾਂ ਤਾਂ ਕੀ ਤੁਸੀਂ ਉਸ ਦੇ ਵਿੱਚ ਸ਼ਾਮਿਲ ਹੋਵੋਗੇ? ਦੇਖੋ ਕੈਪਟਨ ਸਾਹਿਬ ਨੂੰ ਪਹਿਲਾਂ ਆਪ ਤਾਂ ਇਮਾਨਦਾਰੀ ਦਿਖਾਉਣੀ ਆ। ਮੈਂ ਤਾਂ ਕਹਿ ਰਿਹਾ ਵੀ ਬਣਾਉਣ ਵਾਲੇ ਕੈਪਟਨ ਸਾਹਿਬ ਸੀ, ਮੈਂ ਪਹਿਲੇ ਗੱਲ ਸ਼ੁਰੂਆਤ ਕੀਤੀ ਸੀ ਨਾ ਵੀ ਜਿਹੜੇ ਜਜ਼ਬਾਤ ਅੱਜ ਦਿਖਾ ਰਹੇ ਆ ਜੇ ਉਦੋਂ ਹਾਈ ਪਾਵਰਡ ਕਮੇਟੀ ਦੇ ਵਿੱਚ ਦਿਲਚਸਪੀ ਲੈਂਦੇ, ਹੁਣ ਉਹ ਕਹਿੰਦੇ ਮੈਂ ਤਾਂ ਮੀਟਿੰਗ 'ਚ ਨਹੀਂ ਗਿਆ, ਫਿਰ ਇਹ ਇਸ ਤੋਂ ਵੱਡਾ ਗੁਨਾਹ ਕੀ ਹੋ ਸਕਦਾ? ਵੀ ਤੁਹਾਨੂੰ ਪਤਾ ਸੀ ਕਿ ਤੁਸੀਂ ਉਹ ਸੂਬੇ ਨੂੰ ਰੀਪ੍ਰਜੈਂਟ ਕਰਦੇ ਹੋ ਜਿੱਥੇ ਸਾਰੇ ਲੋਕ ਖੇਤੀ 'ਤੇ ਡਿਪੈਂਡੈਂਟ ਆ ਮੈਕਸੀਮਮ, ਅਤੇ ਉਸ ਸੂਬੇ ਦਾ ਮੁੱਖ ਮੰਤਰੀ ਦਿਲਚਸਪੀ ਹੋਈ ਨਾ ਲਵੇ, ਇਹ ਗੁਨਾਹ ਨਹੀਂ ਤਾਂ ਕੀ ਹੈ? ਤੁਸੀਂ ਕਿਸ ਵਾਸਤੇ ਬਣੇ ਹੋ? ਜੇ ਤੁਸੀਂ ਨਹੀਂ ਸੀ ਜਦੋਂ ਨਹੀਂ ਮੈਂਬਰ ਪਏ ਸੀ ਤਾਂ ਤੁਸੀਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ, ਇਹਦਾ ਮਤਲਬ ਤੁਸੀਂ ਮੰਨਦੇ ਸੀ ਵੀ ਖੇਤੀ ਪ੍ਰਧਾਨ ਸੂਬੇ ਦਾ ਮੁੱਖ ਮੰਤਰੀ ਹਾਈ ਪਾਵਰਡ ਕਮੇਟੀ 'ਚ ਹੋਣਾ ਚਾਹੀਦਾ, ਪ੍ਰੋਟੈਸਟ ਕੀਤਾ ਸੀ ਇਹਨਾਂ ਨੇ, ਉਹਨਾਂ ਨੇ ਪਾਤਾ, ਉਹਨਾਂ ਨੇ ਪਾਤਾ ਤੁਸੀਂ ਸੌਂਗੇ ਅਤੇ ਤੁਸੀਂ ਬਣੇ ਕਾਹਦੇ ਵਾਸਤੇ ਸੀ ਮੈਂਬਰ? ਇਹ ਸਵਾਲ ਦਾ ਜਵਾਬ ਕੈਪਟਨ ਸਾਹਿਬ ਨੂੰ ਦੇਣਾ ਪਊਗਾ। ਇਹ ਇੱਦਾਂ ਦੇ ਜਜ਼ਬਾਤੀ ਨਾਲਿਆਂ ਨਾਲ ਨਹੀਂ ਹੋਣਾ, ਇਹ ਅੱਜ ਨਹੀਂ, ਇਹ ਗੱਲਾਂ ਕਿਉਂਕਿ ਹੌਲੀ ਹੌਲੀ ਫਿਰ ਆਉਂਦੀਆਂ ਹੁੰਦੀਆਂ ਨੇ, ਕਾਹਲੀ ਕਾਹਲੀ 'ਚ ਕਈ ਗੱਲਾਂ ਹੋ ਜਾਂਦੀਆਂ। ਉਦੋਂ ਜਦੋਂ ਪਾਣੀਆਂ ਦਾ ਮੁੱਦਾ ਸੀਗਾ ਅਤੇ ਉਦੋਂ ਵੀ ਇਸੇ ਤਰ੍ਹਾਂ ਹੀ ਪਾਸ ਕਰਾ ਲਿਆ ਸੀ ਕੈਪਟਨ ਸਾਹਿਬ ਨੇ ਪੁਰਾਣੇ ਤਜਰਬੇਕਾਰ ਨੇ। ਬਾਅਦ 'ਚ ਹੁਣ ਤੱਕ ਦੁਨੀਆ ਰੋਂਦੀ ਹੈ ਕਿ ਸੈਕਸ਼ਨ 5 ਉਹਦੇ 'ਚ ਗਲਤ ਪੈ ਗਿਆ ਸੀ ਕਿ ਅਸੀਂ ਆਪ ਮੰਨ ਲਿਆ ਕਿ ਜੋ ਹਰਿਆਣੇ ਅਤੇ ਰਾਜਸਥਾਨ ਨੂੰ ਅਤੇ ਬਾਕੀਆਂ ਨੂੰ ਪਾਣੀ ਜਾ ਰਿਹਾ ਉਹ ਸਹੀ ਜਾ ਰਿਹਾ, ਜਿੰਨਾ ਜਾ ਰਿਹਾ ਉਸ ਗਲਤੀ ਨੂੰ ਅੱਜ ਸਾਰਾ ਪੰਜਾਬ ਮੰਨਦਾ, ਠੀਕ ਹੈ ਨਾ? ਉਹ ਵੀ ਕੈਪਟਨ ਸਾਹਿਬ ਦੇ ਟਾਈਮ 'ਤੇ ਕਰਾਈ ਸੀ, ਉਦੋਂ ਪਾਣੀਆਂ ਦਾ ਰਾਖਾ ਬਣਨ ਵਾਸਤੇ ਉਹਨਾਂ ਨੇ ਇਹੀ ਪਰਦਾ ਰੱਖਿਆ ਸੀ ਕਿ ਮੈਂ ਭੇਤ ਨਹੀਂ ਰੱਖਣਾ, ਪਾਰਲੀਮੈਂਟ ਦੇ ਵਿੱਚ ਅਸੈਂਬਲੀ ਦੇ ਵਿੱਚ ਆ ਕੇ ਖੋਲੂੰਗਾ, ਅਤੇ ਸਾਰਿਆਂ ਨੇ ਪੰਜਾਬ ਦੇ ਹਮਦਰਦੀ ਕਰਕੇ ਨਾਲ ਖੜ੍ਹ ਗਏ ਅਤੇ ਨਹੀਂ ਬਰੀਕੀ ਨਾਲ ਪੜਿਆ ਗਿਆ ਅਤੇ ਬਾਅਦ 'ਚ ਜਦੋਂ ਗਵਰਨਰ ਸਾਹਿਬ ਤੋਂ ਪਾਸ ਹੋ ਗਿਆ ਅਤੇ ਫਿਰ ਪਤਾ ਲੱਗਿਆ ਵੀ ਅਸੀਂ ਗਲਤ ਥਾਂ ਵੀ ਸਾਈਨ ਕਰ ਦਿੱਤੇ, ਅਤੇ ਹੁਣ ਵੀ ਇਹੀ ਕੰਮ ਕੈਪਟਨ ਸਾਹਿਬ ਕਰਾ ਰਹੇ। ਹੁਣ ਵੀ ਤੁਸੀਂ ਦੇਖਿਓ ਥੋੜ੍ਹੇ ਦਿਨਾਂ ਤੱਕ ਕਈ ਗੱਲਾਂ ਸਾਹਮਣੇ ਆਉਣੀਆਂ ਵੀ ਸ਼ੁਰੂ ਹੋ ਗਈਆਂ ਕਿ ਕਣਕ ਅਤੇ ਝੋਨਾ ਤੱਕ ਅਸੀਂ ਸਾਰੇ ਇਸ਼ੂ ਨੂੰ ਲੈਂਦਾ ਅਤੇ ਬਾਕੀਆਂ ਨੂੰ ਅਸੀਂ ਖੁੱਲ੍ਹੀ ਛੁੱਟੀ ਦੇ ਦਿੱਤੀ ਕਿ ਭਾਵੇਂ ਹੁਣ ਨਰਮੇ ਵਾਲੇ ਨੂੰ ਲੁੱਟੋ, ਭਾਵੇਂ ਤੁਸੀਂ ਮੱਕੀ ਵਾਲੇ ਨੂੰ ਲੁੱਟੋ, ਭਾਵੇਂ ਗੰਨੇ ਵਾਲੇ ਨੂੰ ਲੁੱਟੋ, ਭਾਵੇਂ ਕਿਸੇ ਨੂੰ ਲੁੱਟੋ, ਅਤੇ ਹੁਣ ਖੁੱਲ੍ਹੀ ਛੁੱਟੀ ਹੈ ਅਤੇ ਦੋ ਤਾਂ MSP ਉਹ ਵੀ ਕੌਣ ਕਰੂਗਾ? ਉਹ ਕੇਂਦਰ ਸਰਕਾਰ ਹੀ ਕਰੂਗੀ, ਪਰ ਅਸੀਂ ਆਪਣਾ ਬੱਲੇ ਬੱਲੇ ਕਰਾਤੀ ਜੀ। ਅਤੇ ਪੂਰੇ ਸੂਬੇ ਦੇ ਕਿਸਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਕਿਸਾਨਾਂ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਅਸੀਂ ਹਮੇਸ਼ਾ ਹੀ ਜਿਹੜਾ ਕਿਸਾਨੀ ਦੇ ਦਰਦ ਨੂੰ ਸਮਝਿਆ, ਔਰ ਜਦੋਂ ਵੀ ਕਦੀ ਸਾਡੀ ਸਰਕਾਰ ਆਈ ਹੈ ਪ੍ਰੈਕਟੀਕਲੀ ਕਿਸਾਨੀ ਦੇ ਹਿੱਤ ਵਾਸਤੇ ਬੜੇ ਵੱਡੇ ਫੈਸਲੇ ਲਏ। ਇਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਸਾਡੀ ਬਾਕੀ ਲੀਡਰਸ਼ਿਪ, ਸਰਦਾਰ ਸੁਖਬੀਰ ਸਿੰਘ ਬਾਦਲ, ਹਮੇਸ਼ਾ ਅਸੀਂ ਕਿਸਾਨਾਂ ਵਾਸਤੇ ਮੋਹਰੀ ਹੋ ਕੇ ਖੜ੍ਹੇ ਹਾਂ। ਹੁਣ ਵੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੀ ਜ਼ਿੰਮੇਵਾਰੀ ਜੋ ਬਣਦੀ ਸੀ ਉਹ ਨਿਭਾਈ ਆ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਇਨਸਾਫ ਲੈ ਕੇ ਦੇਣ ਵਾਸਤੇ ਜੋ ਵੀ ਸਾਨੂੰ ਕਰਨਾ ਪਿਆ ਹਰ ਕੁਰਬਾਨੀ ਕਰਨ ਨੂੰ ਅਸੀਂ ਤਿਆਰ। ਇਹ ਸੀਗੇ ਡਾਕਟਰ ਦਲਜੀਤ ਸਿੰਘ ਚੀਮਾ ਜੀ, ਜਿਹਨਾਂ ਨਾਲ ਗੱਲਬਾਤ ਕਰਕੇ ਅਸੀਂ ਹਰ ਇੱਕ ਪੱਖ ਨੂੰ ਬਹੁਤ ਬਖੂਬੀ ਤਰ੍ਹਾਂ ਸਮਝਿਆ ਅਤੇ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਕਈ ਹਰ ਇੱਕ ਗੱਲ ਨੂੰ ਜੋ ਕਿਸਾਨਾਂ ਦੇ ਵਿੱਚ ਅੱਜ ਚੱਲ ਰਿਹਾ, ਜੋ ਸੰਘਰਸ਼ ਚੱਲ ਰਹੇ ਨੇ, ਉਹਦਾ ਸਿੱਟਾ ਜਲਦੀ ਨਿਕਲੂਗਾ। ਅਤੇ ਇਸ ਦੇ ਨਾਲ ਤੁਸੀਂ ਦੇਖਦੇ ਰਹੋ ਸਾਂਝਾ TV। ਮੈਂ ਹਿਮਾਨੀ, ਕੈਮਰਾਮੈਨ ਵਿਨੇ।